कुछ इदा है जी जंगल है तो इदा ट्रैक ने विच विच जा के करन भाजी चले है फस्ट ट्रैक दे चलो भाजी तो भाज जाना की हैं बाकी गड्डियां देखो जी इदा का कुछ राह थले खाई आ इतने साइड से आप हौली हौली जा रहे हैं स्टंप बहुत आ अजे आप डेंस फॉरेस्ट वाले रस्ते च जा रहे हैं तो सून उधर लो जी आया ट्रैक इतने गड्डी की जिनी मर्जी ब्रेक ला लो गड्डी स्टॉप नहीं कर रही अपने आप स्लिप होंगी ए वेखो उन्हें ब्रेक लाई है पर पर गड्डी अपने आप ही आ रही है एक बारी बंदे नूं पूरा तारे वेख जांदे आ वी आ की हो गया ओ करन भाजी गए अगे फॉरेस्ट दे विच आपां वी इधर हुण जाणा रहन तो नहीं होंदी ओ आ रही है जी हुण जीप जीप इन्नी ज़्यादा नहीं स्लिप की क्योंकि इहदा वेट नहीं हैगा साडी गड्डियां दा वेट बहुत ज़्यादा इस करके स्लिप कर रही हैं हाँ बहुत अपनियां बहुत ज़्यादा कर रही हैं इदां दा है जी कुछ राह जिथे आपां तुरे फिर रहे हैं जंगल च देखो किवें लग रहा है थोड़ा बहुत फोन हिलेगा बिकॉज इत्थे रस्ता बहुत औखा करन भाजी खड़े है अगे जी आ जाओ फिर बहने की बनता अगे चक्कड़ पैना ही पिछों ओह सो ईजी आ चल हौली 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 मी फिर शुरू हो गया यार हौली आई चल 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 चलो मी स्टार्ट हो गया फिर
तोड़ देनी है। ओ तू खड़ा रह। डोंट एक एक टर्बो गड्डिया जी एक इन्होंने नाल है नाल पेट्रोल भी लगा। बस चलो निकल गई आ सी जी जितों निकलती नहीं सी पता नहीं इतने कैमरे जस्टिस होंगे कि नहीं बट बहुत टफ सी है। गड्डी उधर चढ़ी जाती है बहुत डीप आ पिछा भजा के लानी पैनी गड्डी वेरी नाइस। लेफ्ट राइट कोई नहीं थोड़ा ही है चलो।
ਹੀ ਕਿ ਈਜ਼ੀ ਹੋਊਗਾ ਜਾਂ ਮੀਡੀਅਮ ਟੂ ਹਾਰਡ ਹੋਊਗਾ ਤੁਹਾਨੂੰ ਪਤਾ ਸੀ ਬਟ ਇਹ ਮੈਨੂੰ ਲੱਗਦਾ ਆਪਾਂ ਕੁਛ ਜ਼ਿਆਦਾ ਹੀ ਉਹ ਮਤਲਬ ਹਾਰਡ ਟਰੈਕ ਵਾਲੇ ਪਾਸੇ ਆ ਗਏ ਹਾਂ ਫੋਰੈਸਟ ਦੇ ਪਰ ਫੋਰੈਸਟ ਟਰੈਕ ਇੱਦਾਂ ਨਹੀਂ ਹੁੰਦੇ ਅੱਗੇ ਕਰਨ ਭਾਜੀ ਵਾਲੀ ਗੱਡੀ ਸਟਰਗਲ ਕਰ ਰਹੀ ਹੈ ਸ਼ੋ ਯੂ ਸੋਰੀ ਉਹ ਜਿਹੜਾ ਮਾੜਾ ਜਿਹਾ ਫੋਨ ਦਾ ਹੈਂਗਰ ਆ ਰਿਹਾ ਵਿੱਚ ਆਈ ਟਰਾਈ ਟੂ ਨੋਟ ਕਵਰ ਇਟ ਬਟ ਫੇਰ ਗੱਡੀ ਨਹੀਂ ਹੈ ਆਉਂਦੀ ਫਿਰ ਵਿੱਚ ਨਾ ਸਹੀ ਹਾਂਜੀ ਵੇਖੋ ਜੀ ਤੁਹਾਨੂੰ ਜੇ ਦਿਸ ਰਿਹਾ ਅੱਗੇ ਤੇ ਇੰਨੀਆਂ ਟੇਢੀਆਂ ਗੱਡੀਆਂ ਜਾ ਰਹੀਆਂ ਬਿਲਕੁਲ ਨਾਲ ਲੱਗ ਲੱਗ ਕੇ ਹੁਣ ਉਧਰ ਵਾਲੇ ਪਾਸਾ ਤੇ ਚਲੋ ਕੋਈ ਗੱਲ ਨਹੀਂ ਪਰ ਜਾ ਰਹੇ ਹਾਂ ਆਪਾਂ ਹੁਣ ਹੌਲੀ ਹੌਲੀ ਕੁਛ ਕਰ ਨਹੀਂ ਸਕਦੇ ਆਪਣੀ ਪੂਰਾ ਟੇਢਾ ਬੈਠਾ ਇਸ ਵਕਤ ਗੱਡੀ ਪੂਰੀ ਟੇਢੀ ਹੋਈ ਹੈ ਇੱਕ ਸਾਈਡ ਤੇ ਆਪਾਂ ਆਹ ਵਾਲਾ ਜਿਹੜਾ ਇੱਕ ਟਰੈਕ ਸੀ ਇਹਦੇ ਵਿੱਚੋਂ ਇਹਨੂੰ ਆਪਾਂ ਚੇਂਜ ਕਰਨਾ ਗਏ ਡਾਇਰੈਕਸ਼ਨ ਬਿਕੋਜ਼ ਅੱਗੇ ਜਾਣਾ ਇੰਪੋਸੀਬਲ ਸੀ ਸੋ ਵੀ ਟਰਨਡ ਅਰਾਊਂਡ ਅਤੇ ਆਪਾਂ ਹੁਣ ਇੱਥੋਂ ਦੂਸਰੇ ਟਰੈਕ 'ਤੇ ਜਾਵਾਂਗੇ ਇੱਥੋਂ ਅੰਦਰੋਂ ਅੰਦਰ ਹੀ ਇੱਥੇ ਕਈ ਟਰੈਕਸ ਨੇ ਹੋਰੀ ਰੂਆ ਫੋਰੈਸਟ 'ਚ ਸੋ ਵਿਲ ਗੋ ਔਨ ਦੈਟ ਵਨ ਚਲੋ ਮਿਲਦੇ ਫਿਰ ਇੱਥੋਂ ਸਾਰੀਆਂ ਗੱਡੀਆਂ ਨੂੰ ਵਿੰਚ ਕਰਨੀ ਪਈ ਆ ਸਾਡੀਆਂ ਵੀ ਉਹ ਅੱਗੇ ਵਿੰਚ ਕਰਕੇ ਖੜੀਆਂ ਕਰਨ ਭਾਜੀ ਵਾਲੀ ਗੱਡੀ ਟਵਿਨ ਲੋਕਰ ਲੈਂਡ ਕਰੂਜ਼ਰ ਟੋਇਟਾ ਵਰਸਾ ਨਿਸਾਨ ਹੋ ਰਿਹਾ ਇਹ ਕੰਮ ਇਹ ਤਾਂ ਸਾਡੇ ਜਿੰਨਾ ਵੀ ਨਹੀਂ ਜ਼ੋਰ ਮਾਰਨ ਦੀ ਇਹ ਕੀ ਚੱਕਰ ਪੈ ਗਿਆ ਥੋੜੀ ਪਿੱਛੇ ਖੜਨੀ ਪੈਣੀ ਭਾਜੀ ਨੂੰ ਗੱਡੀ ਹੋਰ ਕੌਂਚੀ ਕਰਤਾ ਤੂੰ ਗਾ ਵਿੰਚੀ ਦਾ ਯਾਰ ਕੱਢ ਲੈ ਵਿੰਚ ਅੰਕਲ ਦੀ ਦੇ ਕਿੱਥੇ ਗਿਆ ਆਪਣਾ ਪਹੁੰਚੀ ਉੱਥੇ ਇਹੀ ਬਣਾਉ ਵੀਡੀਓ ਅੰਕਲ ਦੀ ਵਿੰਚ ਨਾ ਕੱਢ ਲਿਆਈ ਕਿਤੇ ਗੱਡੀ ਵਾਲੀ ਲਿਆਈ ਵੀ ਹੈਵ ਇਨ ਦਾ ਹਾਊਸ ਨਨ ਟੁਡੇ ਆ ਉਧਰ ਉਧਰ ਹੋਣ ਲੱਗਾ ਜੀ ਉਹਦਾ ਕੰਮ ਆ ਮੈਂ ਵੀਡੀਓ ਨਹੀਂ ਬੰਦ ਕਰਨੀ ਦੁਪਹਿਰ ਦੇ ਜੇ 2:30 ਵਜੇ ਆ ਤੇ ਇੱਥੇ ਵੇਖੋ ਕਿੰਨਾ ਹਨੇਰਾ ਹੋ ਗਿਆ ਫੋਰੈਸਟ ਦੇ ਵਿੱਚ ਉੱਤੋਂ ਵੈਦਰ ਹੋ ਗਿਆ ਖਰਾਬ ਬਾਰਿਸ਼ ਆ ਰਹੀ ਬਹੁਤ ਜ਼ਿਆਦਾ ਤੇਜ਼ ਆਹ ਪਤਾ ਨਹੀਂ ਕੀ ਵੜ ਗਿਆ ਜੀ ਇਹਦੇ ਗੱਡੀ ਦੇ ਆਵਾਜ਼ ਆਈ ਬਹੁਤ ਜ਼ਿਆਦਾ ਚਲੋ ਇੱਥੇ ਨਾ ਯਾ ਦਰਖਤ ਸੀ ਇੱਕ ਬਹੁਤ ਵੱਡਾ ਉਹ ਆ ਗਿਆ ਗੱਡੀ ਥੱਲੇ ਆਹ ਵੇਖੋ ਇੱਥੇ 2:30 ਵਜੇ ਕਿੰਨਾ ਹਨੇਰਾ ਹੋਇਆ ਪਿੱਛੇ ਆ ਰਹੇ ਕਰਨ ਭਾਜੀ ਹੋਰੀ ਚਲੋ ਇਹਨੇ ਫਿਰ ਅੱਗੇ ਕੀ ਪਾਉਂਦਾ ਨਾਲ ਨਾਲ ਤੁਹਾਨੂੰ ਰੱਖਦੇ ਨਾਲ ਆ ਜਾਓ ਸਿੱਧੇ ਰੱਖੀ ਟਾਇਰ
ਹੁਣ ਟਾਇਰ ਮੋੜ ਹਾਂ ਉਹ ਸਾਹਮਣੇ ਬੰਦੇ ਗਏ ਸੀ ਟਰੈਕ ਵੇਖਣ ਉੱਥੇ ਅੱਗੇ ਰਾਹ ਬੰਦ ਨਿਕਲਿਆ ਵਾਪਸ ਆ ਗਏ ਆ ਹੁਣ ਆਪਾਂ ਜਾਵਾਂਗੇ ਆਹ ਵਾਲੀ ਸਾਈਡ ਫਿਰ ਇੱਥੇ ਜਾ ਕੇ ਕੋਈ ਟਰੈਕ ਵੇਖਦੇ ਹਾਂ ਮੇਰੀ ਗੱਡੀ 'ਤੇ ਇੱਕ ਜਦੋਂ ਪਿੱਛੇ ਹੁਣੇ ਆਵਾਜ਼ ਆਈ ਸੀ ਨਾ ਇੱਥੇ ਫੈਂਡਰ 'ਤੇ ਟ੍ਰੀ ਵੱਜਾ ਬਹੁਤ ਜ਼ੋਰ ਦੀ ਦਰਖਤ ਪੂਰਾ ਫੈਂਡਰ ਵਿੱਚ ਵੜ ਗਿਆ ਸੀ ਇਹ ਹੁਣ ਸਾਡਾ ਇੱਕ ਆੜੀ ਆ ਨਵੀਂ ਉਹਦੀ ਜੋਬ ਆਹ ਵੇਖੋ ਆਹ ਬੰਦੇ ਆ ਰਹੇ ਚੜੂਗਾ ਉੱਤੇ ਉਹ ਆ ਰਹੇ ਉਸਤਾਦ ਜੀ ਥੋੜਾ ਜ਼ੂਮ ਕਰਕੇ ਵਿਖਾਉਣਾਗੇ ਇਹ ਕੀ ਕਰ ਰਹੇ ਆ ਜਾਓ ਫਿਰ ਮਿਲਦੇ ਹਾਂ ਬਾਕੀ ਟਰੈਕ 'ਤੇ ਇੱਥੇ ਇੱਕ ਆਪਾਂ ਰਿਵਰ ਕਰੋਸਿੰਗ ਸੁਣੀ ਸੀ ਜੀ ਆਹ ਟਰੈਕ 'ਤੇ ਸਟ੍ਰੀਮ ਜੀ ਆ ਉਹ ਕਾਫੀ ਵਧੀਆ ਵਾ ਤੇ ਉਹ ਲੱਭ ਰਹੇ ਆ ਜੇ ਉਹ ਲੱਭ ਗਈ ਤੇ ਬਹੁਤ ਵਧੀਆ ਨਹੀਂ ਤੇ ਆਪਾਂ ਇੱਥੋਂ ਕਿਤੇ ਹੁਣੇ ਗੱਡੀ ਯੂਟਰਨ ਮਾਰ ਕੇ ਵਾਪਸ ਚਲ ਜਾਣਾ 5 ਵਜੇ ਚੱਲੇ ਇੱਥੇ ਹਨੇਰਾ ਹੋ ਰਿਹਾ ਵਾ ਔਕਲੈਂਡ ਇੱਥੋਂ 3-4 ਘੰਟੇ ਦੂਰ ਆ ਜੇ ਆਪਾਂ ਗੱਡੀਆਂ ਵੀ ਵਾਸ਼ ਕਰਨੀਆਂ ਸੋ ਆਪਾਂ ਮਾੜਾ ਮੋਟਾ ਹੀ ਇੱਥੇ ਹੁਣ ਵੇਖਣਾ ਵਾ ਅੱਗੇ ਤੇ ਫਿਰ ਇੱਥੋਂ ਆਪਾਂ ਵਾਪਸੀ ਕਰ ਲੈਣੀ ਆ ਜੇ ਕੋਈ ਨਾ ਲੱਭਾ ਤੇ ਬਸ ਫਿਰ ਔਨ ਦੀ ਵੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਔਨ ਦੀ ਵੇ ਆਪਾਂ ਮਿਲਦੇ ਹਾਂ ਜੀ ਠੀਕ ਹੈ ਜੀ ਉਹ ਹੈ ਜੀ ਹੁਣ ਆਲਮੋਸਟ ਵਾਪਸੀ ਅਤੇ ਆਹ ਆਪਾਂ ਵਾਟਰ ਜਿਹੜਾ ਨਾਲ ਕੈਰੀ ਕਰਦੇ ਹਾਂ ਆਹ ਮੁੰਡਾ ਲਾਈਟਾਂ ਸ਼ੀਸ਼ੇ ਸਾਈਡ ਮਿਰਰਸ ਕਿਉਂਕਿ ਲੀਗਲ ਜੇ ਆਪਾਂ ਚੀਜ਼ ਵੇਖੀਏ ਤਾਂ ਜਦੋਂ ਵਿਜੀਬਿਲਟੀ ਤੋਂ ਬਿਨਾਂ ਆਪਾਂ ਮੋਟਰਵੇ 'ਤੇ ਗੱਡੀ ਨਹੀਂ ਚਲਾ ਸਕਦੇ ਅਤੇ ਟਰੈਕ ਤੋਂ ਬਾਅਦ ਆਪਾਂ ਹੁਣ ਸਟੇਟ ਹਾਈਵੇ 'ਤੇ ਨਿਕਲਣਾ ਵਾਂ ਅਤੇ ਗੱਡੀ ਆਪਾਂ ਬਿਨਾਂ ਵਿਜੀਬਿਲਟੀ ਤੋਂ ਨਹੀਂ ਚਲਾ ਸਕਦੇ ਇਸ ਕਰਕੇ ਲਾਈਟਸ ਅਤੇ ਸਾਈਡ ਮਿਰਰਸ ਅਤੇ ਫਰੰਟ ਡਰਾਈਵਰ ਅਤੇ ਪੈਸੰਜਰ ਜਿਹੜੀ ਵਿੰਡੋ ਉਹਨੂੰ ਸਾਫ਼ ਕਰਨਾ ਵਾ ਆਏ ਆ ਜੀ ਕੁਛ ਇੱਥੋਂ ਦਾ ਨਜ਼ਾਰਾ ਮੈਂ ਵਿਖਾਉਂਦਾ ਜੀ ਪਾਣੀ ਘੱਟਦਾ ਜਾਂਦਾ ਆਹ ਟਰੈਕ ਅੱਗੇ ਹੋਰ ਜਾਂਦਾ ਵਾ ਇਹ ਸ਼ਾਇਦ ਵਾ ਕਾਟੋ ਵਾਲੀ ਸਾਈਡ ਨਿਕਲਦਾ ਆਪਾਂ ਉੱਧਰ ਨਹੀਂ ਚੱਲੇ ਹੁਣ ਆਪਾਂ ਇੱਧਰ ਨੂੰ ਚੱਲੇ ਹੁਣ ਵਾਪਸ ਫਿਰ ਉਸ ਤੋਂ ਬਾਅਦ ਔਕਲੈਂਡ ਵਾਪਸੀ ਠੀਕ ਹੈ ਜੀ ਫਿਰ ਮਿਲਦੇ ਹਾਂ ਰਸਤੇ 'ਚ ਹਾਂ ਵੇਖੋ ਜੀ ਰਾਤ ਪੈ ਗਈ ਹੈ ਸਾਨੂੰ ਟਰੈਕ 'ਤੇ ਆਪਾਂ ਸ਼ੀਸ਼ੇ ਵਗੈਰਾ ਸਾਫ਼ ਕੀਤੇ ਨਾ ਤਾਂ ਉੱਥੇ ਟਾਈਮ ਲੱਗ ਗਿਆ ਨਾਲੇ ਮਾੜਾ ਮੋਟਾ ਚਾਹ ਪਾਣੀ ਪੀ ਰਹੇ ਹਾਂ ਬਿਕੋਜ਼ ਸਵੇਰ ਦੇ ਟਾਇਰਡ ਹੋਏ ਹਾਂ ਬਹੁਤ ਅੱਗੇ ਜਾ ਰਹੀਆਂ ਦੂਜੀਆਂ ਗੱਡੀਆਂ ਅਤੇ ਅਜੇ ਆਪਾਂ ਸਟਿਲ ਉਹ ਟਰੈਕ 'ਤੇ ਹੀ ਹਾਂ ਫੋਰੈਸਟ 'ਤੇ ਅਤੇ ਬਸ ਹੁਣ ਜਦੋਂ ਵਲੌਗ ਐਂਡ ਕਰਦੇ ਹਾਂ ਫਿਰ ਉੱਥੇ ਆਪਾਂ ਅੱਗੇ ਕਿਤੇ ਚੰਗੀ ਜਗ੍ਹਾ 'ਤੇ ਰੋਕਦੇ ਹਾਂ ਉੱਥੇ ਮਿਲਦੇ ਹਾਂ ਆਪਾਂ ਫਿਰ ਠੀਕ ਹੈ ਜੀ ਆ ਜਾਓ ਫਿਰ ਚੱਲਦੇ ਹਾਂ ਵੇਖਦੇ ਹਾਂ ਸ਼ਾਇਦ ਕੋਈ ਹੋਰ ਐਡਵੈਂਚਰ ਵੀ ਹੋ ਜਾਏ ਇਸ ਵੇਲੇ ਆ ਜਾਓ ਜੀ